ਠੰਡ ਨੇ ਖੋ ਲਿਆ ਇਹਨਾਂ ਗਰੀਬਾਂ ਦਾ ਰੁਜ਼ਗਾਰ। ਹੱਡ ਚੀਰਵੀਂ ਠੰਡ 'ਚ ਵਿਹਲੇ ਖੜੇ ਨੇ ਮਜ਼ਦੂਰ, ਘਰੋਂ ਨਿਕਲੇ ਸੀ ਕੰਮ ਦਾ ਕਹਿ ਕੇ। ਸਵੇਰੇ 7 ਵਜੇ ਤੋਂ ਕੰਮ ਦੀ ਭਾਲ 'ਚ ਰੋਜ਼ਾਨਾ ਖਾਂਦੇ ਨੇ ਕਈ ਧੱਕੇ। ਖਾਲੀ ਹੱਥ ਮਨ ਦੇ ਵਿੱਚ ਸਿਸਕੀਆਂ ਲੈ ਕੇ ਪਹੁੰਚਦੇ ਨੇ ਘਰ ਵਾਪਸ। ਪੂਰਾ ਦਿਨ ਧੱਕੇ ਖਾਣ ਤੋਂ ਬਾਅਦ ਵੀ ਨਹੀਂ ਮਿਲਦਾ ਇਹਨਾਂ ਨੂੰ ਕੰਮ। ਇਹਨਾਂ ਦੀ ਬੇਰੁਜ਼ਗਾਰੀ ਦੀ ਵਜ੍ਹਾ ਹੈ ਠੰਡ। ਦਰਅਸਲ ਇਹ ਲੋਕ ਮਿਸਤਰੀ ਅਤੇ ਮਜ਼ਦੂਰ ਦਾ ਕੰਮ ਕਰਦੇ ਨੇ ਅਤੇ ਸਿਆਲਾਂ ਦੇ ਵਿੱਚ ਪੰਜਾਬ ਅੰਦਰ ਰਾਜ ਮਿਸਤਰੀ ਅਤੇ ਮਜ਼ਦੂਰਾਂ ਦਾ ਕੰਮ ਘੱਟ ਜਾਂਦਾ ਹੈ, ਕਿਉਂਕਿ ਲੋਕ ਆਪਣੇ ਘਰਾਂ ਦਾ ਨਿਰਮਾਣ ਰੋਕ ਦਿੰਦੇ ਨੇ। ਇਸ ਦੀ ਵਜ੍ਹਾ ਦਿਨ ਛੋਟੇ ਹੋਣ ਦੀ ਵੀ ਹੈ। ਠੰਡ ਦੇ ਵਿੱਚ ਦਿਨ ਛੋਟੇ ਹੋ ਜਾਂਦੇ ਨੇ ਅਤੇ ਮਿਸਤਰੀਆਂ ਦਾ ਕੰਮ ਦਿਨ ਦੇ ਵਿੱਚ ਹੀ ਹੁੰਦਾ ਹੈ, ਜਿਸ ਨੂੰ ਲੈ ਕੇ ਲੋਕ ਸਰਦੀਆਂ ਦੇ ਵਿੱਚ ਸਿਆਲਾਂ ਦੇ ਵਿੱਚ ਘਰਾਂ ਦੇ ਵਿੱਚ ਮਜ਼ਦੂਰ ਲਾਉਣ ਤੋਂ ਪਰਹੇਜ ਹੀ ਕਰਦੇ ਨੇ। ਅਤੇ ਹੁਣ ਬਟਾਲਾ ਦੀ ਇੱਕ ਮੰਡੀ ਦੇ ਵਿੱਚ ਖੜ੍ਹੇ ਇਹ ਸਾਰੇ ਮਜ਼ਦੂਰ, ਜਿਨ੍ਹਾਂ ਦੇ ਵਿੱਚੋਂ ਕਈ ਬਜ਼ੁਰਗ ਵੀ ਨੇ, ਲੋਹੀਆਂ ਦੀ ਬੁੱਕਲ ਮਾਰ ਕੇ ਉਮੀਦ 'ਚ ਬੈਠੇ ਨੇ ਕਿ ਕੋਈ ਦਾਨੀ ਸੱਜਣ ਆਵੇ ਅਤੇ ਇਹਨਾਂ ਨੂੰ ਕੰਮ ਦੇ ਕੇ ਜਾਵੇ। ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਬਟਾਲਾ ਦੇ ਵਿੱਚ ਰਹਿਣ ਵਾਲੇ ਲੋਕ ਜਿਨ੍ਹਾਂ ਨੇ ਮਜ਼ਦੂਰਾਂ ਮਿਸਤਰੀਆਂ ਤੋਂ ਕੰਮ ਲੈਣਾ ਹੈ ਉਹਨਾਂ ਤੱਕ ਇਹ ਵੀਡੀਓ ਪਹੁੰਚੇ ਅਤੇ ਇਹਨਾਂ ਬੇਰੁਜ਼ਗਾਰਾਂ ਨੂੰ ਠੰਡ ਦੇ ਵਿੱਚ ਕੰਮ ਮਿਲ ਜੇ ਅਤੇ ਇਹਨਾਂ ਦੇ ਘਰ ਦਾ ਚੁੱਲ੍ਹਾ ਰੋਜ਼ ਬਲਿਆ ਰਹੇ। ਕੰਮ ਕਾਰ ਮਿਲਦਾ ਹੀ ਨਹੀਂ ਆ, ਰੁਜ਼ਗਾਰ ਕਹਿੰਦੇ ਵੀ ਦੇਵਾਂਗੇ, ਤੁਹਾਨੂੰ ਕੋਈ ਰੁਜ਼ਗਾਰ ਨਹੀਂ ਦੇ ਰਹੇ ਅਤੇ ਬਹੁਤ ਮੁਸ਼ਕਲ ਹੋ ਗਿਆ। ਦਿਹਾੜੀ ਲੱਗਦੀ ਨਹੀਂ ਕਿਸੇ ਦੀ, ਜਿਹੜੇ ਆਉਂਦੇ ਚਾਰੇ ਬਹਿ ਖਲੋ ਕੇ ਚਲ ਜਾਂਦੇ ਰੋਟੀ ਰਾਟੀ ਖਾ ਕੇ, ਅਤੇ ਘਰ ਦੇ ਵੀ ਗਾਲਾਂ ਕੱਢਦੇ ਵੀ ਤੁਹਾਡੀ ਦਿਹਾੜੀ ਕਿਉਂ ਨਹੀਂ ਲੱਗਦੀ, ਸਾਰੇ ਲੋਕ ਕੰਮ 'ਤੇ ਕਰਨ ਦੇ। ਕੰਮ ਤਾਂ ਬੜਾ ਵੇਖੋ ਜੀ, ਕੰਮ ਤਾਂ ਅਗਲਿਆਂ ਨੇ ਲੈਣਾ ਲੈਣਾ, ਭਾਵੇਂ ਔਖਾ ਹੋਵੇ ਭਾਵੇਂ ਸੌਖਾ ਹੋਵੇ, ਕੰਮ ਤਾਂ ਅਗਲਿਆਂ ਨੇ ਜੋ ਪੈਸੇ ਦੇਣੇ ਅਗਲਿਆਂ ਨੇ ਤਾਂ ਫਿਰ ਤਾਂ ਕੰਮ 'ਤੇ ਲੈਣਾ ਲੈਣਾ। ਇਹ ਦਿਹਾੜੀ ਕਰੀ ਦੀ ਕੰਮ ਤਾਂ ਬਹੁਤ ਔਖਾ ਜੀ, ਬਹੁਤ ਜ਼ਿਆਦਾ ਹੱਥ ਪੈਰ ਸੁੰਨ ਹੋ ਜਾਂਦੇ ਜਦੋਂ ਪਾਣੀ ਠੰਡੇ 'ਚ ਹੱਥ ਮਾਰਦੇ, ਮਸਾਲਾ ਬਣਾਉਣਾ ਨਹੀਂ ਜੀ, ਕਦੇ ਲੱਗ ਗਈ ਕਦੇ ਨਾ ਲੱਗ ਗਈ। ਗੁਜ਼ਾਰਾ ਇੱਦਾਂ ਫਿਰ ਦਾਤ ਦੂਤ ਲੈ ਲਈਦਾ ਦੁਕਾਨਾਂ ਤੋਂ ਸਿਆਲ 'ਚ। ਹਾਂਜੀ, ਚੱਲਦਾ ਇਹ ਮਾੜਾ ਮੋਟਾ ਵਾਹਿਗੁਰੂ ਚਲਾਈ ਜਾਂਦਾ। ਸਰ ਬਹੁਤ ਜ਼ਿਆਦਾ ਨੁਕਸਾਨ ਆ, ਕੰਮ ਘੱਟ ਮਿਲਦਾ ਅਤੇ ਉਹ ਤੋਂ ਇਲਾਵਾ ਵੀ ਘਰ ਦਾ ਖਰਚਾ ਵੀ ਬਹੁਤ ਮੁਸ਼ਕਲ ਚੱਲ ਰਿਹਾ। ਬਹੁਤ ਮੁਸ਼ਕਲ ਆ ਵੀ ਖਰਚਾ ਕਿਸੇ ਬੰਨੇ ਵੀ ਨਹੀਂ ਹੁੰਦਾ ਅਤੇ ਕਦੀ ਕਿਸੇ ਕੋ ਉਧਾਰ ਫੜੀਦਾ ਕਦੀ ਕਿਸੇ ਕੋ, ਅਤੇ ਘਰ ਦਾ ਬਹੁਤ ਮਾੜਾ ਹਾਲਾਤ ਆ। ਵਾਈਫ ਦੀ ਡੈਥ ਹੋ ਗਈ ਆ, ਬੱਚੇ ਛੋਟੇ ਛੋਟੇ ਆ, ਉਹਨਾਂ 'ਤੇ ਬਹੁਤ ਮਾੜਾ ਬੀਤਦੇ ਆ। ਅਸੀਂ ਛੋਟੇ ਘੁੰਮਣਾ ਤੋਂ ਆਈਦਾ ਜੀ, ਮਿਸਤਰੀ ਦਾ ਕੰਮ ਕਰੀਦਾ ਜੀ। ਹਾਂਜੀ, ਠੰਡ ਦੇ ਬਹੁਤ ਮਾੜੇ ਹਾਲਾਤ ਆ ਜੀ, ਠੰਡ ਧੁੰਦ ਕਾਰਨ ਬਹੁਤ ਹੀ ਔਖਾ ਦਿਹਾੜੀ ਦਾਉਣਾ ਹੋ ਗਿਆ ਜੀ। ਸਵੇਰ ਦੇ 8 ਵਜੇ ਦੇ ਆਏ ਆ ਜੀ, ਹੁਣ 10:30 ਹੋ ਗਿਆ, ਤੱਕ ਕੋਈ ਆਸ ਨਹੀਂ ਦਿਹਾੜੀ ਦੀ, ਇਵੇਂ ਜਾਣਾ ਪੈਣਾ ਘਰਾਂ ਨੂੰ। ਬਹੁਤ ਜ਼ਿਆਦਾ ਜੀ ਆਹ ਠੰਡ ਕਾਰਨ ਤਾਂ ਬਹੁਤ ਜ਼ਿਆਦਾ ਹੀ ਹੋ ਜਾਂਦਾ ਜੀ, ਬਹੁਤ ਮੁਸ਼ਕਲਾਂ ਆ ਜਾਂਦੀਆਂ ਠੰਡ ਕਾਰਨ, ਕਿਤੇ ਲੱਗ ਜਾਂਦੀ ਕਿਤੇ ਨਹੀਂ ਲੱਗਦੀ ਜੀ, ਫਿਰ ਉਵੇਂ ਹੀ ਘਰ ਨੂੰ ਜਾਣਾ ਪੈਂਦਾ ਜੀ, ਘਰ ਦੇ ਮਾੜੇ ਹਾਲਾਤ ਕਾਰਨ ਉੱਦਾਂ ਜਾਣਾ ਪੈਂਦਾ, ਕੀ ਕਰੀਏ, ਔਖਾ ਹੋ ਜਾਂਦਾ ਜੀ।